ਹੈਲੋ ਸਟੂਡੈਂਟਸ, ਅੱਜ ਆਪਾਂ ਗੱਲ ਕਰਾਂਗੇ 7ਵੀਂ ਕਲਾਸ ਦੀ ਪ੍ਰੈਕਟਿਸ ਸ਼ੀਟ ਨੰਬਰ 3, ਜਿਹੜੀ ਕਿ ਵਿਗਿਆਨ ਦੇ ਪਾਠ ਜੰਤੂਆਂ ਅਤੇ ਪੌਦਿਆਂ ਵਿੱਚ ਪ੍ਰਵੈਣ ਵਿੱਚੋਂ ਹੈ। ਇਸ ਦੇ ਕੋਲ 15 MCQ ਨੇ ਜਿਹੜੇ ਆਪਾਂ ਹੱਲ ਕਰਦੇ ਹਾਂ। ਪਹਿਲਾ MCQ ਹੈ, ਏਡ ਦਿੱਤੇ ਵਿੱਚੋਂ ਕਿਹੜੇ ਖੂਨ ਦੇ ਹਿੱਸੇ ਹਨ? ਪਲਾਜ਼ਮਾ, ਪਲੈਟਲੈਟਸ, ਮਾਸਪੇਸ਼ੀਆਂ। ਦੇਖੋ, ਪਲਾਜ਼ਮਾ ਅਤੇ ਪਲੈਟਲੈਟਸ ਤਾਂ ਹਿੱਸੇ ਨੇ ਪਰ ਮਾਸਪੇਸ਼ੀਆਂ ਨਹੀਂ, ਤਾਂ ਪਹਿਲੀ ਆਪਸ਼ਨ ਕੀ ਹੋ ਜਾਏਗੀ? ਗਲਤ। ਦੂਸਰਾ, ਪਲਾਜ਼ਮਾ, ਪਲੈਟਲੈਟਸ ਅਤੇ ਲਾਲ ਖੂਨ ਦੇ ਸੈੱਲ, ਦੂਸਰੀ ਆਪਸ਼ਨ ਸਹੀ ਹੈ ਅਤੇ ਆਪਣਾ ਉੱਤਰ ਆ ਜਾਏਗਾ ਦੂਸਰਾ। ਬਾਕੀ ਆਪਸ਼ਨਾਂ ਵੀ ਚੈੱਕ ਕਰ ਲੈਂਦੇ ਹਾਂ। ਪਲਾਜ਼ਮਾ, ਪਲੈਟਲੈਟਸ ਅਤੇ ਹੱਡੀਆਂ, ਇਹਨਾਂ 'ਚੋਂ ਹੱਡੀਆਂ ਨਹੀਂ ਹੈਗੀਆਂ। ਚੌਥੇ 'ਚੋਂ ਪਲਾਜ਼ਮਾ, ਪਲੈਟਲੈਟਸ ਅਤੇ ਨਸਾਂ, ਅਤੇ ਇਹਦੇ 'ਚੋਂ ਨਸਾਂ ਨਹੀਂ ਹੈਗੀਆਂ ਅਤੇ ਆਪਣਾ ਦੂਸਰਾ ਉੱਤਰ ਆ ਜਾਏਗਾ ਸਹੀ। ਦੂਸਰਾ ਪ੍ਰਸ਼ਨ, ਖੂਨ ਵਿੱਚ ਪਲੈਟਲੈਟਸ ਦੀ ਭੂਮਿਕਾ ਕੀ ਹੈ? ਆਕਸੀਜਨ ਲੈ ਜਾਣਾ, ਬਿਮਾਰੀਆਂ ਨਾਲ ਲੜਨਾ, ਖੂਨ ਦੇ ਜੰਮਣ ਵਿੱਚ ਮਦਦ ਕਰਨਾ, ਰਹਿੰਦ ਖੂੰਹਦ ਨੂੰ ਹਟਾਉਣਾ। ਤੇ ਸਹੀ ਉੱਤਰ ਹੈ ਤੀਸਰਾ, ਖੂਨ ਦੇ ਜੰਮਣ ਵਿੱਚ ਮਦਦ ਕਰਨਾ। ਜਿਹੜੇ ਪਲੈਟਲੈਟਸ ਨੇ, ਇਹ ਖੂਨ ਨੂੰ ਜਮਾਣ 'ਚ ਸਹਾਇਤਾ ਕਰਦੇ ਨੇ। ਤੀਸਰਾ ਪ੍ਰਸ਼ਨ, ਖੂਨ ਦਾ ਲਾਲ ਰੰਗ ਕਿਸ ਕਾਰਨ ਹੁੰਦਾ ਹੈ? ਸਫੈਦ ਲਹੂ ਸੈੱਲਾਂ ਕਾਰਨ, ਪਲੈਟਲੈਟਸ ਕਾਰਨ, ਹੀਮੋਗਲੋਬਿਨ ਕਾਰਨ, ਪਲਾਜ਼ਮਾ ਕਾਰਨ। ਤੇ ਆਪਣਾ ਸਹੀ ਉੱਤਰ ਆ ਜਾਏਗਾ ਤੀਸਰਾ, ਹੀਮੋਗਲੋਬਿਨ ਕਾਰਨ ਹੀ ਜਿਹੜਾ ਆਪਣਾ ਲਹੂ ਹੈ ਇਸ ਦਾ ਰੰਗ ਲਾਲ ਹੁੰਦਾ ਹੈ। ਆਕਸੀਜਨ ਭਰਪੂਰ ਖੂਨ ਨੂੰ ਫੇਫੜਿਆਂ ਤੋਂ ਦਿਲ ਤੱਕ ਪਹੁੰਚਾਉਣ ਲਈ ਹੇਠ ਲਿਖਿਆ ਵਿੱਚੋਂ ਕਿਹੜਾ ਜ਼ਿੰਮੇਵਾਰ ਹੈ? ਦੇਖੋ ਬੇਟੇ, ਜਿਹੜੇ ਵਹਿਣੀਆਂ ਖੂਨ ਨੂੰ ਦਿਲ ਤੱਕ ਲੈ ਕੇ ਆਉਂਦੀਆਂ ਨੇ ਉਹਨਾਂ ਨੂੰ ਸ਼ਿਰਾਵਾਂ ਕਹਿੰਦੇ ਨੇ, ਤੇ ਇਹ ਹੋਏਗੀ ਆਪਣੇ ਕੋਲ ਫੇਫੜਾ, ਸ਼ਿਰਾਵਾਂ। ਤੇ ਆਪਣਾ ਸਹੀ ਉੱਤਰ ਆ ਜਾਏਗਾ ਦੂਸਰਾ। ਲਾਲ ਲਹੂ ਸੈੱਲ ਦੇ ਕਿਹੜੇ ਹਿੱਸੇ ਵਿੱਚ ਹੀਮੋਗਲੋਬਿਨ ਹੁੰਦਾ ਹੈ? ਲਾਲ ਲਹੂ ਸੈੱਲ ਦੇ ਕਿਹੜੇ ਹਿੱਸੇ ਵਿੱਚ ਹੀਮੋਗਲੋਬਿਨ ਹੁੰਦਾ ਹੈ? ਸੈੱਲ ਝਿੱਲੀ 'ਚ, ਸਾਈਟੋਪਲਾਜ਼ਮਾ 'ਚ, ਨਿਊਕਲੀਅਸ 'ਚ, ਲਾਲ ਰੰਗ 'ਚ। ਤੇ ਸਹੀ ਉੱਤਰ ਆ ਜਾਏਗਾ ਦੂਸਰਾ, ਸਾਈਟੋਪਲਾਜ਼ਮਾ ਦੇ ਵਿੱਚ ਹੀਮੋਗਲੋਬਿਨ ਹੁੰਦਾ ਹੈ। 6ਵਾਂ ਪ੍ਰਸ਼ਨ, ਮਨੁੱਖੀ ਦਿਲ ਕਿੰਨੇ ਖਾਨਿਆਂ ਵਿੱਚ ਵੰਡਿਆ ਹੁੰਦਾ ਹੈ? ਜਿਹੜਾ ਮਨੁੱਖੀ ਦਿਲ ਹੈ ਇਹ 4 ਖਾਨਿਆਂ ਦੇ ਵਿੱਚ ਵੰਡਿਆ ਹੁੰਦਾ ਹੈ, ਤੇ ਆਪਣਾ ਪਹਿਲਾ ਆਪਸ਼ਨ ਸਹੀ ਉੱਤਰ ਆ ਜਾਏਗਾ 4। ਦਿਲ ਵਿੱਚ ਮੌਜੂਦ ਵਾਲਵ ਦਾ ਕੰਮ ਹੈ ਲਹੂ ਨੂੰ ਕੇਵਲ ਇੱਕ ਦਿਸ਼ਾ ਵੱਲ ਜਾਣ ਦੇਣਾ, ਬਿਲਕੁਲ ਸਹੀ। ਲਹੂ ਨੂੰ ਪਿੱਛੇ ਵੱਲ ਪਰਤਣ ਤੋਂ ਰੋਕਣਾ, ਇਹ ਵੀ ਸਹੀ ਹੈ। ਤੀਸਰਾ, 1 ਅਤੇ 2 ਦੋਨੋਂ, ਤੀਸਰਾ ਆਪਸ਼ਨ ਸਹੀ ਹੈ, ਇਹ ਪਹਿਲਾ ਵੀ ਹੈ ਤੇ ਦੂਸਰਾ ਵੀ, ਤੇ ਇਸ ਕਰਕੇ ਤੀਸਰਾ ਜਿਹੜਾ ਆਂਸਰ ਹੈ ਇਹ ਸਹੀ ਉੱਤਰ ਹੈ। ਮਨੁੱਖੀ ਦਿਲ ਆਮ ਤੌਰ ਤੇ 1 ਮਿੰਟ ਵਿੱਚ ਕਿੰਨੀ ਵਾਰ ਧੜਕਦਾ ਹੈ? 60 ਤੋਂ 80 ਵਾਰ, 72 ਤੋਂ 80 ਵਾਰ, 60 ਤੋਂ 70 ਵਾਰ, 85 ਤੋਂ 90 ਵਾਰ। ਤੇ ਆਪਣਾ ਸਹੀ ਉੱਤਰ ਆ ਜਾਏਗਾ ਪਹਿਲਾ, 60 ਤੋਂ 80 ਵਾਰ ਦੇ ਵਿੱਚ ਆਪਣਾ ਮਨੁੱਖੀ ਦਿਲ ਧੜਕਦਾ ਹੈ। ਮਨੁੱਖੀ ਗੁਰਦੇ ਦਾ ਆਕਾਰ ਕਿਹੋ ਜਿਹਾ ਹੁੰਦਾ ਹੈ? ਬੇਟੇ, ਜਿਹੜੇ ਮਨੁੱਖੀ ਗੁਰਦੇ ਨੇ ਇਹਨਾਂ ਦਾ ਆਕਾਰ ਰਾਜਮਾਂਹ ਵਰਗਾ ਹੁੰਦਾ ਹੈ। ਤੇ ਆਪਣੇ ਕੋਲ ਆਪਸ਼ਨ ਪਹਿਲਾ ਸਹੀ ਹੈ, ਰਾਜਮਾਂਹ ਵਰਗਾ। ਅਗਲਾ ਕੁਸ਼ਚਨ ਆਪਣੇ ਕੋਲ 10ਵਾਂ, ਬਨੌਟੀ ਗੁਰਦੇ ਰਾਹੀਂ ਖੂਨ ਵਿੱਚੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ? ਪ੍ਰਵੈਣ, ਡਾਇਲਾਸਿਸ, ਡਾਇਆਫਰਾਮ, ਮਲ ਤਿਆਗ। ਸਹੀ ਉੱਤਰ ਹੈ ਆਪਣਾ ਦੂਸਰਾ, ਡਾਇਆਲਾਇਸਿਸ। ਜਦੋਂ ਕਿਸੇ ਦੇ ਗੁਰਦੇ ਖਰਾਬ ਹੋ ਜਾਂਦੇ ਨੇ ਤਾਂ ਉਹ ਡਾਇਆਲਾਇਸਿਸ ਨਾਲ ਹੀ ਖੂਨ ਸਾਫ ਕੀਤਾ ਜਾਂਦਾ। ਪੌਦਿਆਂ ਵਿੱਚ ਪਦਾਰਥਾਂ ਦਾ ਪ੍ਰਵੈਣ ਦਾ ਮੁੱਖ ਕੰਮ ਕੀ ਹੈ? ਭੋਜਨ ਬਣਾਉਣਾ, ਵਾਸ਼ਪਨ ਕਰਨਾ, ਪਾਣੀ ਅਤੇ ਖਣਿਜਾਂ ਦਾ ਪ੍ਰਵੈਣ, ਊਰਜਾ ਪੈਦਾ ਕਰਨਾ। ਤੇ ਸਹੀ ਉੱਤਰ ਹੈ ਆਪਣੇ ਕੋਲ ਤੀਸਰਾ, ਪਾਣੀ ਅਤੇ ਖਣਿਜਾਂ ਦਾ ਪ੍ਰਵੈਣ, ਇਹ ਪੌਦਿਆਂ ਵਿੱਚ ਪਦਾਰਥਾਂ ਦੇ ਪ੍ਰਵੈਣ ਦਾ ਮੁੱਖ ਕੰਮ ਹੁੰਦਾ ਹੈ। 12ਵਾਂ ਪ੍ਰਸ਼ਨ, ਪੱਤਿਆਂ ਵਿੱਚ ਤਿਆਰ ਭੋਜਨ ਪਦਾਰਥਾਂ ਨੂੰ ਪੌਦੇ ਦੇ ਹੋਰ ਭਾਗਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਨੇ? ਵਾਸ਼ਪੀਕਰਨ,
ਸਾਹ ਕਿਰਿਆ, ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ, ਸਥਾਨਾਂਤਰਣ। ਤੇ ਸਹੀ ਉੱਤਰ ਹੈ ਆਪਣਾ ਚੌਥਾ ਆਪਸ਼ਨ, ਜਿਹੜਾ ਸਥਾਨਾਂਤਰਣ ਹੈ ਇਹ ਜਿਹੜਾ ਭੋਜਨ ਤਿਆਰ ਹੁੰਦਾ ਉਹਨੂੰ ਪੌਦੇ ਦੇ ਹੋਰ ਭਾਗਾਂ ਵਿੱਚ ਪਹੁੰਚਾਉਣ ਦੀ ਪ੍ਰਕਿਰਿਆ ਹੁੰਦੀ ਹੈ। 13ਵਾਂ ਪ੍ਰਸ਼ਨ, ਹੇਠ ਲਿਖਿਆ ਵਿੱਚੋਂ ਕਿਹੜੀਆਂ ਵਹਿਣੀਆਂ ਦੀਆਂ ਵਿਸ਼ੇਸ਼ਤਾਵਾਂ ਹਨ? ਇਹ ਮ੍ਰਿਤ ਸੈੱਲ ਹਨ, ਇਹ ਜੀਵਿਤ ਸੈੱਲ ਹਨ, ਇਹ ਜੜ੍ਹਾਂ ਵਿੱਚ ਹੁੰਦੇ ਹਨ, ਇਹ ਪੱਤਿਆਂ 'ਚ ਹੁੰਦੇ ਹਨ। ਸਹੀ ਉੱਤਰ ਹੈ ਪਹਿਲਾ, ਇਹ ਮ੍ਰਿਤ ਸੈੱਲ ਹੁੰਦੇ ਹਨ। 14ਵਾਂ ਪ੍ਰਸ਼ਨ, ਪ੍ਰਸਰਣ ਕੀ ਹੁੰਦਾ ਹੈ? ਦੇਖੋ ਬੇਟੇ, ਪੌਦਿਆਂ ਦੇ ਵਿੱਚ ਪ੍ਰਸਰਣ ਕੀ ਹੁੰਦਾ ਹੈ? ਪਾਣੀ ਵੱਧ ਸੰਗਤਾ ਤੋਂ ਘੱਟ ਸੰਗਤਾ ਵੱਲ ਜਾਂਦਾ ਹੈ, ਪਾਣੀ ਘੱਟ ਸੰਗਤਾ ਤੋਂ ਵੱਧ ਸੰਗਤਾ ਵੱਲ ਜਾਂਦਾ ਹੈ, ਖਣਿਜ ਮਿੱਟੀ ਤੋਂ ਜੜ੍ਹਾਂ ਵੱਲ ਜਾਂਦਾ ਹੈ, ਭੋਜਨ ਪੱਤਿਆਂ ਤੋਂ ਜੜ੍ਹਾਂ ਵੱਲ ਜਾਂਦਾ ਹੈ। ਤੇ ਸਹੀ ਉੱਤਰ ਹੈ ਆਪਣੇ ਕੋਲ ਪਹਿਲਾ, ਜਿਹੜਾ ਪਾਣੀ ਹੈ ਇਹ ਵੱਧ ਸੰਗਤਾ ਤੋਂ ਘੱਟ ਸੰਗਤਾ ਵੱਲ ਜਾਂਦਾ ਹੈ। 15ਵਾਂ ਪ੍ਰਸ਼ਨ, ਪੌਦੇ ਸੈੱਲ ਦਾ ਕਿਹੜਾ ਭਾਗ ਪ੍ਰਵਹਿਣ ਲਈ ਜ਼ਿੰਮੇਵਾਰ ਹੈ? ਸੈੱਲ ਕੰਧ, ਸੈੱਲ ਝਿੱਲੀ, ਸੈੱਲ ਦ੍ਰਵ, ਕੇਂਦਰਕ। ਤੇ ਸਹੀ ਉੱਤਰ ਹੈ ਆਪਣੇ ਕੋਲ ਦੂਸਰਾ, ਸੈੱਲ ਝਿੱਲੀ, ਇਹ ਪ੍ਰਵਹਿਣ ਲਈ ਜ਼ਿੰਮੇਵਾਰ ਹੁੰਦਾ ਹੈ। ਇਹ ਸੀ ਬੇਟੇ ਆਪਣੇ ਅੱਜ ਦੇ 15 ਪ੍ਰਸ਼ਨ।